ਮੋਟੀਵੇਸ਼ਨਲ ਚੈਨਲ ਦੇ ਅਖਬਾਰ ਚੱਲ ਜਾਂਦੀ ਹੈ। ਸਾਡੇ ਮੀਡੀਆ ਚੈਨਲ ਦੇ ਵਿੱਚ ਨਾ ਸਾਨੂੰ ਦੱਸਣਾ ਪੈਂਦਾ ਪ੍ਰੀਤਮ ਸਿੰਘ ਸਰਪੰਚ ਪਿੰਡ ਗੁੱਜਰਪੁਰਾ। ਮੇਰੇ ਪਿੰਡ ਦੇ ਵਿੱਚ ਤਰਲੋਕ ਸਿੰਘ, ਸਨ ਆਫ ਅਮਰ ਸਿੰਘ ਅਮਰਨਾਥ ਅਤੇ ਅਮਨਦੀਪ ਸਿੰਘ ਸਨ ਆਫ ਤਰਲੋਕ ਸਿੰਘ, ਜੋ ਕਿ ਮੈਨੂੰ ਇਤਲਾਹ ਮਿਲਣ 'ਤੇ ਪਤਾ ਲੱਗਿਆ ਵੀ ਉਹਨਾਂ ਨੇ ਘਰ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਖਾ ਕੇ ਅਤੇ ਆਪਣੀ ਆਤਮ ਹੱਤਿਆ ਕਰ ਲਈ ਹੈ। ਅਤੇ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਪਿੱਛੇ ਆਏ ਹਾਂ, ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਆ। ਘਰ ਦੀ ਆਰਥਿਕ ਤੰਗੀ ਕਰਕੇ ਹੀ ਉਹਨਾਂ ਨੇ ਜੋੜਾ ਵੀ ਕੁਛ ਆਤਮ ਹੱਤਿਆ ਕੀਤੀ, ਜੋ ਵੀ ਕੁਛ ਕਿਸੇ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ। ਸਾਨੂੰ ਥਾਣੇ ਇਨਫੋਰਮੇਸ਼ਨ ਮਿਲੀ ਵੀ ਸਿਵਲ ਹਸਪਤਾਲ ਬਟਾਲੇ ਦੇ ਵਿੱਚ ਆਪਣਾ ਤਰਲੋਕ ਸਿੰਘ, ਸਨ ਆਫ ਅਮਰਨਾਥ ਅਤੇ ਉਹਨਾਂ ਦਾ ਬੇਟਾ ਅਮਨਦੀਪ ਸਿੰਘ, ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਅਤੇ ਆਪਣੀ ਆਤਮ ਹੱਤਿਆ ਕਰ ਲਈ ਹੈ। ਅਤੇ ਜਿਨ੍ਹਾਂ ਦੇ ਘਰਵਾਲੀ ਦੇ ਬਿਆਨ 'ਤੇ 174 CRPC ਦੀ ਕਾਰਵਾਈ ਕੀਤੀ ਗਈ ਹੈ। ਉਹਨੇ ਦੱਸਿਆ ਵੀ ਮੇਰੇ ਘਰ ਇਹਨਾਂ ਨੇ ਪਿਓ ਪੁੱਤਾਂ 'ਚ ਕੋਈ ਆਰਥਿਕ ਪਰੇਸ਼ਾਨੀ ਸੀ, ਜਿਹਦੇ ਕਰਕੇ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ, ਜਿਹਦੇ ਕਰਕੇ ਇਹਨਾਂ ਦੀ ਦੋਵਾਂ ਦੀ ਮੌਤ ਹੋ ਗਈ ਹੈ। ਅਤੇ ਅੱਜ ਇਹਨਾਂ ਦਾ ਬਟਾਲਾ ਸਿਵਲ ਹਸਪਤਾਲ 'ਚ ਦੋਵਾਂ ਦਾ ਪੋਸਟਮਾਰਟਮ ਕਰਕੇ ਅਤੇ ਉਹ ਲਾਸਟ ਜਿਹੜੀ ਆ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ।